ਕਲਕਾਮਾ ਜਿੰਦਾਬਾਦ 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 ਕੈਪਟਨ ਸਰਕਾਰ ਮੁਰਦਾਬਾਦ 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 ਵੈਸੇ ਤਾਂ ਲੜਾਈ ਸਾਡੀ ਬੜੀ ਲੰਬੀ ਹੈ ਜਿਹੜਾ ਪੇ ਕਮਿਸ਼ਨ ਹੈ ਅੱਜ ਮੁੱਖ ਮੁੱਦਾ ਹੈ ਪੰਜਾਬ ਦਾ ਇਹ ਪੇ ਕਮਿਸ਼ਨ ਸਾਨੂੰ 2016 ਦੇ ਵਿੱਚ ਮਿਲਣਾ ਸੀ ਵੈਸੇ ਹੀ 5 ਸਾਲ ਲੇਟ ਹੈ ਜਦ ਹੁਣ ਇਹ ਬਹੁਤ ਜਦੋਜਹਿਦ ਤੋਂ ਬਾਅਦ ਕਾਂਗਰਸ ਸਰਕਾਰ ਨੇ ਪੇ ਕਮਿਸ਼ਨ ਦਿੱਤਾ ਹੈ ਤਾਂ ਉਹ ਜਦੋਂ ਦੇਖਿਆ ਤਾਂ ਝੂਠ ਦਾ ਪਲੰਦਾ ਨਿਕਲਿਆ ਧੋਖਾ ਨਿਕਲਿਆ ਡਰਾਮੇਬਾਜ਼ੀ ਨਿਕਲੀ ਇਹਦੇ ਵਿੱਚ ਕੱਖ ਵੀ ਕੱਢਣ ਪਾਉਣ ਨੂੰ ਨਹੀਂ ਹੈ ਇਹ ਸਿਰਫ ਸਰਮਾਏਦਾਰ ਪੱਖੀ ਹੈ 15-16% ਲੋਕਾਂ ਨੂੰ ਇਹਦਾ ਨਿਗੁਣਾ ਫਾਇਦਾ ਹੋਇਆ ਬਾਕੀ 95% ਲੋਕ ਲੁੱਟੇ ਪੁੱਟੇ ਗਏ ਧੋਖਾ ਹੋ ਗਿਆ ਬਹੁਤ ਵੱਡਾ ਇਹ ਪੇ ਕਮਿਸ਼ਨ ਅਸੀਂ ਰੱਦ ਕਰਦੇ ਹਾਂ ਸਾਡੀ ਮੰਗ ਹੈ ਜਿਹੜਾ ਪੇ ਕਮਿਸ਼ਨ ਹੈ ਵੈਸੇ ਤਾਂ ਇੱਕ 16 ਤੋਂ ਬਣਦਾ ਇੱਕ 16 ਨੂੰ ਸੇਵਾਦਾਰ ਤੋਂ ਲੈ ਕੇ ਅਫਸਰ ਤੱਕ ਇੱਕ ਸਟੇਟ ਦੇ ਵਿੱਚ ਇੱਕ ਪੇ ਕਮਿਸ਼ਨ ਹੋਣਾ ਚਾਹੀਦਾ ਉਹ ਪੇ ਕਮਿਸ਼ਨ ਇਸ ਤਰ੍ਹਾਂ ਹੋਣਾ ਚਾਹੀਦਾ ਜਿਹੜੀ ਸਾਡੀ ਮੰਗ ਹੈ ਇੱਕ 16 ਨੂੰ ਜਿਸ ਵੀ ਮੁਲਾਜ਼ਮ ਦੀ ਜਿੰਨੀ ਵੀ ਬੇਸਿਕ ਪੇ ਹੈ ਉਹ ਤੇ 2.74 ਦੇ ਨਾਲ ਅਸੀਂ ਪੇ ਕਮਿਸ਼ਨ ਦੀ ਡਿਮਾਂਡ ਕਰਦੇ ਇਹ ਸਾਡੀ ਮੰਗ ਹੈ ਅਤੇ ਇਹ ਤੋਂ ਘੱਟ ਸਾਨੂੰ ਕੁਝ ਵੀ ਮਨਜ਼ੂਰ ਨਹੀਂ ਅਸੀਂ ਘੱਟ ਤੋਂ ਘੱਟ 7 ਲੱਖ ਮੁਲਾਜ਼ਮਾਂ ਸਮੇਤ ਪੈਨਸ਼ਨਰ ਜੇ ਅਸੀਂ 5-5, 6-6 ਸਾਡੇ ਪਰਿਵਾਰਾਂ ਦੇ ਮੈਂਬਰ ਨੇ ਅਸੀਂ 40 ਲੱਖ ਵੋਟ ਦੇ ਮਾਲਕ ਹੋਈਏ ਅਤੇ ਅਸੀਂ 2-2% DA ਨੂੰ ਤਰਸੀਏ ਇਹ ਕਾਂਗਰਸ ਸਰਕਾਰ ਨੂੰ 2022 'ਚ ਦੱਸਾਂਗੇ ਕਿਹੜੇ ਭਾਅ ਵਿਕਦੀ ਹੈ ਸੰਘਰਸ਼ ਬਹੁਤ ਤਿੱਖਾ ਹੋਊਗਾ ਜੀ ਇਸ ਤੋਂ ਬਾਅਦ ਪਹਿਲੀ ਗੱਲ ਤਾਂ ਪੇ ਕਮਿਸ਼ਨ ਦੀਆਂ ਕਾਪੀਆਂ ਵੀ ਸਾੜਨ ਦਾ ਸੰਘਰਸ਼ ਹੋ ਸਕਦਾ ਕੈਂਡਲ ਮਾਰਚ ਵੀ ਕਰਾਂਗੇ ਅਸੀਂ ਪਿੰਡਾਂ ਵਿੱਚ ਸੱਥਾਂ ਵਿੱਚ ਅੰਦੋਲਨ ਵੀ ਕਰਾਂਗੇ ਮਾਰਚ ਵੀ ਕਰਾਂਗੇ ਘੱਟ ਤੋਂ ਘੱਟ ਵੱਡੀ ਪੱਧਰ 'ਤੇ ਸਾਡੀਆਂ ਯੂਨਿਟਾਂ ਨੇ ਪੰਜਾਬ ਪੱਧਰ 'ਤੇ ਤਿਆਰ ਹੋ ਗਈਆਂ 3 ਤਰੀਕ ਦੀ ਸਾਡੀ ਸਟੇਟ ਬਾਡੀ ਮੀਟਿੰਗ ਰੱਖ ਰਹੀ ਹੈ ਜਿਹਦੇ ਵਿੱਚ ਲਹੂ ਬੀਟਮੇ ਅਤੇ ਤਿੱਖੇ ਸੰਘਰਸ਼ ਦੇ ਐਲਾਨ ਹੋਣਗੇ ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਊ ਇਹ 22 ਤੋਂ ਸ਼ੁਰੂ ਹੋਇਆ ਜੀ ਅੱਜ ਦੂਸਰਾ ਦਿਨ ਹੈ ਪੰਜਾਬ ਸੈਕਟਰੀਏਟ ਅਤੇ ਡਾਇਰੈਕਟੋਰੇਟ ਸਾਡੇ ਦਫ਼ਤਰ ਹੁੰਦੇ ਨੇ ਸਾਰੇ ਠੱਪ ਨੇ ਅਸੀਂ ਬਿਲਕੁਲ ਕੰਮ ਨਹੀਂ ਕਰਾਂਗੇ ਪੰਜਾਬ ਸਰਕਾਰ ਦਾ ਕਿਉਂਕਿ ਇਸ ਬੰਦੇ ਨੇ ਸਾਡੇ ਨਾਲ ਧੋਖਾ ਕੀਤਾ ਇਹਨੇ ਮੈਨੀਫੈਸਟੋ ਵਿੱਚ ਕਿਹਾ ਸੀ ਮੇਰੀ ਸਰਕਾਰ ਬਣਾਓ ਮੈਂ 6 ਮਹੀਨਿਆਂ ਦੇ ਵਿੱਚ ਪੇ ਕਮਿਸ਼ਨ ਦੇਊਂਗਾ ਇਹ ਐਡਾ ਝੂਠਾ ਨਿਕਲਿਆ ਅੱਜ ਤੱਕ ਇਹਨੇ ਕੱਖ ਨਹੀਂ ਦਿੱਤਾ ਜਦੋਂ ਦਿੱਤਾ ਤਾਂ ਠੱਗੀ ਹੋਈ ਹੈ ਇਹ ਸਭ ਤੋਂ ਵੱਡਾ ਦੋਸ਼ੀ ਕਾਂਗਰਸ ਸਰਕਾਰ ਅਤੇ ਮਨਪ੍ਰੀਤ ਬਾਦਲ ਹੈ ਉਹ ਐਸਾ ਮਨਹੂਸ ਬੰਦਾ ਹੈ ਉਹਨੇ ਆਪਦਾ ਪਰਿਵਾਰ ਵੀ ਡੋਬਿਆ ਅਕਾਲੀ ਦਲ ਵੀ ਡੋਬਿਆ ਹੁਣ ਉਹ ਕੈਪਟਨ ਨੂੰ ਡੋਬਣ ਆਇਆ ਜੋ ਵੀ ਕਲੈਰੀਕਲ ਕਾਮੀ ਹੈ ਜੀ ਉਹਨਾਂ ਨਾਲ ਬਹੁਤ ਵੱਡਾ ਧੱਕਾ ਹੋਇਆ 1-1-16 ਤੋਂ ਇਹਨਾਂ ਨੂੰ ਸਾਨੂੰ ਜਿਹੜੇ ਪੇ ਗ੍ਰੇਡ ਦੇਣੇ ਸੀਗੇ ਜੀ ਉਹਦੇ ਵਿੱਚ ਸਾਨੂੰ 2.25 ਨਾਲ ਦਿੱਤਾ ਜੋ ਕਿ ਬਹੁਤ ਘੱਟ ਹੈ 2.69 ਨਾਲ ਇਹਨਾਂ ਨੇ ਸਾਨੂੰ ਦੇਣਾ ਸੀਗਾ ਅਤੇ 2.75 ਨਾਲ ਦੇਣਾ ਸੀ ਜਿਹੜਾ ਸ਼ਾਹੀ ਵਰਗ ਹੈ ਅਫਸਰ ਸ਼ਾਹੀ ਹੈ ਉਹਨਾਂ ਨੂੰ ਕੋਈ ਘਾਟਾ ਨਹੀਂ ਪਿਆ ਪਰ ਜਿੰਨੇ ਕਲੈਰੀਕਲ ਕਾਮੇ ਹੈ ਸੇਵਾਦਾਰ ਹੈ ਛੋਟਾ ਵਰਗ ਹੈ ਸਾਰਾ ਉਹ ਇਹਨਾਂ ਨੇ ਕੁਚਲ ਦਿੱਤਾ ਸਾਰਾ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਸਾਨੂੰ ਜਿੰਨੀ ਆਸ ਸੀ ਉਹ ਸਾਨੂੰ ਪੇ ਗ੍ਰੇਡ ਦੇ ਵਿੱਚ ਨਹੀਂ ਦਿਸਦੀ ਸਾਡਾ ਸੰਘਰਸ਼ ਬਹੁਤ ਤਿੱਖਾ ਹੋਊਗਾ ਜੀ ਜ਼ਿਲ੍ਹਿਆਂ ਦੇ ਵਿੱਚ ਸਾਡੀਆਂ ਯੂਨਿਟਾਂ ਸਥਾਪਿਤ ਹੋ ਚੁੱਕੀਆਂ ਸਾਡੀਆਂ ਮੀਟਿੰਗਾਂ ਜਾਰੀ ਹੈ ਨੁੱਕੜ ਮੀਟਿੰਗਾਂ ਵੀ ਜਾਰੀ ਹੈ ਅਤੇ ਸਾਰਾ ਕਲੈਰੀਕਲ ਕੰਮ ਜਿਹੜਾ ਉਹ ਸੜਕਾਂ 'ਤੇ ਉੱਤਰ ਆਇਆ ਅਤੇ ਲਗਾਤਾਰ ਸਾਡੇ 22 ਤੋਂ ਜਿਹੜੇ 27 ਤਰੀਕ ਤੱਕ ਜਿਹੜੇ ਹੈਗੇ ਧਰਨੇ ਹੈ ਨਜ਼ਾਰੇ ਹੈ ਇਹ ਚੱਲਦੇ ਰਹਿਣਗੇ ਅਤੇ ਜੋ ਸਟੇਟ ਬਾਡੀ ਦਾ ਸਾਨੂੰ ਗਾਂਹ ਤੋਂ ਜਿਹੜਾ ਹੈਗਾ ਆਰਡਰ ਹੋਊਗਾ ਜਾਂ ਜਿਵੇਂ ਵੀ ਉਹਨਾਂ ਦੇ ਸੰਦੇਸ਼ ਹੋਣਗੇ ਨਿਰਦੇਸ਼ ਉਹਦੇ ਅਨੁਸਾਰ ਅਸੀਂ ਸੰਘਰਸ਼ ਜਿਹੜਾ ਤਿੱਖਾ ਕਰਾਂਗੇ ਅਤੇ ਇਸ ਸਰਕਾਰ ਨੂੰ ਜਿਹੜੀ ਆਉਣ ਵਾਲੇ 2022 ਦੇ ਵਿੱਚ ਚੰਗੀ ਖੁੰਭ ਠੱਪਾਂਗੇ ਇਹਨਾਂ ਦੀ ਸੰਘਰਸ਼ ਹੈ ਜਿਹੜਾ ਜੀ ਇਹ ਸਾਡਾ ਪੇ ਕਮਿਸ਼ਨ ਜਿਹੜੀ ਰਿਪੋਰਟ ਦਿੱਤੀ ਹੈ ਸਰਕਾਰ ਨੇ ਲੰਗੜੀ ਰਿਪੋਰਟ ਦਿੱਤੀ ਹੈ ਉਹਦੇ ਵਿੱਚ ਕੁਛ ਵਰਗ ਨੂੰ ਜਿਹੜਾ ਇਹਨਾਂ ਨੇ ਫਾਇਦਾ ਦਿੱਤਾ ਬਾਕੀ ਤਕਰੀਬਨ ਸਾਰੇ ਵਰਗਾਂ ਦਾ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ 22 ਤਰੀਕ ਤੋਂ ਸਾਡੀ ਜਿਹੜੀ ਇਹ ਸਟ੍ਰਾਈਕ ਚੱਲ ਰਹੀ ਹੈ ਪੈਂਡ ਆਨ ਸਟ੍ਰਾਈਕ ਹੈਗੀ ਇਹ 27 ਤੱਕ ਦਾ ਸਾਡਾ ਜਿਹੜਾ ਸਟੇਟ ਬਾਡੀ ਦਾ ਸਾਡਾ ਫੈਸਲਾ ਉਹਦੇ ਅਸੀਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਆ ਜਿਹੜਾ ਸਟ੍ਰਾਈਕ ਦੇ ਉੱਤੇ ਸਾਡਾ ਸਾਰਾ ਮੁਲਾਜ਼ਮ ਵਰਗ ਹੈ ਅੱਗੇ ਵੀ ਸਾਨੂੰ ਐਂ ਲੱਗਦਾ ਵੀ ਜੇ ਸਰਕਾਰ ਨੇ ਸਾਡੀ ਕਿਸੇ ਕਿਸਮ ਦੀ ਗੱਲ ਨਾ ਸੁਣੀ ਤਾਂ ਇਹ ਅਣਮਿੱਥੇ ਸਮੇਂ ਲਈ ਸਾਡੀ ਜਿਹੜੀ ਸਟ੍ਰਾਈਕ ਚੱਲੂਗੀ ਅਸੀਂ ਹੁਣ ਮੁਲਾਜ਼ਮ ਸਾਡਾ ਕੋਈ ਵਾਪਸ ਨਹੀਂ ਆਊਗਾ ਜਿੰਨਾ ਚਿਰ ਸਾਡੀਆਂ ਮੰਗਾਂ ਜਿਹੜੀਆਂ ਪ੍ਰਵਾਨ ਨਹੀਂ ਕਰਦੇ ਇਹ ਪੇ ਕਮਿਸ਼ਨ ਦੇ ਵਿੱਚ ਸਾਡਾ ਮੁਲਾਜ਼ਮ ਨੂੰ ਖਾਸ ਕਰਕੇ ਕਲੈਰੀਕਲ ਜਮਾਤ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਖੁਰਾ ਲਾਇਆ 2.25 ਦੇ ਨਾਲ ਕੈਲਕੂਲੇਸ਼ਨ ਕਰਦੇ ਹਾਂ ਜਦੋਂ ਅਸੀਂ ਆਪਦੀ ਪੇ ਕਮਿਸ਼ਨ ਦੀ ਤਾਂ ਸਾਡੀ ਜਿਹੜੀ ਤਨਖਾਹ ਹੈ ਉਹ ਐਡ ਪਾਰ ਹੁੰਦੀ ਹੈ ਕਈਆਂ ਦੀ ਤਾਂ ਘਟਦੀ ਵੀ ਆ ਨਹੀਂ ਤਕਰੀਬਨ ਸਾਡੀ ਤਨਖਾਹ ਦੇ ਵਿੱਚ ਸਾਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਸਰਕਾਰ ਮੁਰਦਾਬਾਦ 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 ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ।